ऑफिस का अगला चैप्टर पढ़न जा रहे हैं। फ्रंट ऑफिस के जो नेक्स्ट चैप्टर है वो है होटल गेस्ट साइकिल। सो होटल गेस्ट साइकिल बारे असं हूँ पढ़ांगे। गेस्ट साइकिल दे विच चार मुख स्टेजेज हुंदियां ने, प्री अराइवल, अराइवल, स्टे इन होटल, डिपार्चर। ते डिपार्चर दे विच ही प्री डिपार्चर भी आउंदा है, ठीक है। सो आओ असी इहदे बारे पढ़दे हां अगे। सो प्री अराइवल स्टेज की हुंदी है, फ्रंट डैस्क दे फ्रंट डैस्क दे उत्ते टेक ओवर फॉर नाइट शिफ्ट चैक दी लॉग बुक, ठीक है। जिहड़ा प्री अराइवल स्टेट जिहड़ी हुंदी है नाइट शिफ्ट नू चैक करन दे लई नोटबुक लॉग बुक दित्ती जांदी है, जिहदे विच कि उह अराइवल दी लिस्ट चैक करदा आ ते उहनां दे रूम्स नू ब्लॉक करदा कि गैसट ने आउणा आ। गैसट दे आउण तों पहलां जिहड़ी चीज़ हुंदी आ उह आ, ठीक है, रजिस्ट्रेशन फॉर्म जिहड़ा रेडी रखदा आ गैसट दी डिटेल भर के, कि गैसट नू फिर मुड़ के रजिस्ट्रेशन फॉर्म ना भरना पड़े, ठीक है। गैसट पहलां ही डिटेल जिहड़ी आ ਉਹ ਲਿਖ ਲਈ ਜਾਂਦੀ ਆ ਉੱਥੇ, ਜਦੋਂ ਗੈਸਟ ਨੇ ਚੈੱਕ ਹੋਣ ਆਉਣਾ ਸਿਰਫ ਉਸ ਵੇਲੇ ਸਾਈਨ ਕਰੇ ਅਤੇ ਚੱਲ ਜਾਵੇ ਆਪਣੇ ਰੂਮ ਦੇ ਵਿੱਚ, ਠੀਕ ਹੈ। ਸੋ ਜੇ ਇੱਕ ਸਿੰਪਲ ਵੇ ਦੇ ਨਾਲ ਦੇਖਿਆ ਜਾਵੇ ਤਾਂ ਪ੍ਰੀ ਅਰਾਈਵਲ ਉਹ ਸਟੇਜ ਹੁੰਦੀ ਆ ਜਿਹਦੇ ਵਿੱਚ ਗੈਸਟ ਦੇ ਆਉਣ ਤੋਂ ਪਹਿਲਾਂ ਕੀ ਕੀ ਚੀਜ਼ਾਂ ਕੀਤੀਆਂ ਜਾਂਦੀਆਂ ਫਰੰਟ ਆਫਿਸ ਦੇ ਵਿੱਚ, ਠੀਕ ਹੈ, ਉਹਨੂੰ ਪ੍ਰੀ ਅਰਾਈਵਲ ਸਟੇਜ ਕਹਿੰਦੇ। ਜਿਹਦੇ ਵਿੱਚ ਦੇਖਿਆ ਜਾਂਦਾ ਕਿੰਨੇ ਰੂਮ ਹੈਗੇ ਆ, ਗੈਸਟ ਨੂੰ ਰੂਮ ਅਲੋਟ ਕਰਨਾ ਆ, ਰਿਜ਼ਰਵੇਸ਼ਨ ਕੀਤੀ ਜਾਂਦੀ ਆ ਗੈਸਟ ਦੀ, ਠੀਕ ਹੈ। ਗੈਸਟ ਦੇ ਲਈ ਵੈਕੈਂਟ ਰੂਮ ਰੱਖਿਆ ਜਾਂਦਾ ਆ। ਬੀ ਆਈ ਪੀ ਨੇ ਅਗਰ ਆਉਣਾ ਆ ਉਹਨੂੰ ਵਧੀਆ ਅਮੈਨਿਟੀਜ਼ ਦੇਣ ਦੇ ਲਈ ਡਰਾਈ ਫਰੂਟਸ, ਫਲਾਵਰ ਰੈਡੀ ਕਰਕੇ ਉਹਦੇ ਰੂਮ 'ਚ ਰਖਾਏ ਜਾਂਦੇ ਆ, ਠੀਕ ਹੈ। ਰੂਮ ਨੂੰ ਗਰੁੱਪ ਆ ਰਿਹਾ ਅਗਰ ਫਿਰ, ਠੀਕ ਹੈ, ਬਲੋਕ ਕੀਤਾ ਜਾਂਦਾ ਉਹਨੂੰ, ਰੂਮਸ ਨੂੰ ਬਲੋਕ ਕਰਕੇ ਐਫ ਐਂਡ ਬੀ ਡਿਪਾਰਟਮੈਂਟ ਅਤੇ ਹਾਊਸ ਕੀਪਿੰਗ ਅਤੇ ਸਰਵਿਸ ਡਿਪਾਰਟਮੈਂਟ ਨੂੰ ਕੋਂਟੈਕਟ ਕੀਤਾ ਜਾਂਦਾ ਕਿ ਗਰੁੱਪ ਅਰਾਈਵਲ ਹੈਗਾ ਆ ਤਾਂ ਉਹਨਾਂ ਨੂੰ ਜੋ ਜੋ ਫੈਸਿਲਿਟੀ ਦੇਣੀ ਆ ਉਹ ਦਵੋ, ਠੀਕ ਹੈ, ਉਹਨਾਂ ਨੂੰ ਦੱਸ ਦਿੱਤਾ ਜਾਂਦਾ ਹੈ। ਚੈੱਕਆਊਟ ਆਫ ਆਰਡਰ ਰੂਮ ਵਿਦ ਹਾਊਸ ਕੀਪਿੰਗ ਸੋ ਦੈਟ ਦੇ ਆਰ ਨੋਟ ਐਲੋਕੇਟਡ ਟੂ ਗੈਸਟ। ਸੋ ਚੈੱਕਆਊਟ ਜਦੋਂ ਰੂਮ ਕੀਤਾ ਜਾਂਦਾ ਆ ਫਿਰ ਵੀ ਗੈਸਟ ਨੂੰ ਬਾਹਰ ਆਉਣ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਨਹੀਂ ਅਲੋਵ ਕੀਤਾ ਜਾਂਦਾ, ਠੀਕ ਹੈ, ਹਾਊਸ ਕੀਪਿੰਗ ਸਟਾਫ ਵੱਲੋਂ ਜ਼ਿਆਦਾਤਰ ਕੀ ਹੁੰਦਾ ਆ ਕਿ ਚੈੱਕਆਊਟ ਤੋਂ ਬਾਅਦ ਰੂਮ ਬਣਾਉਣਾ ਹੁੰਦਾ ਆ, ਜਲਦੀ ਤੋਂ ਜਲਦੀ ਤਿਆਰ ਕਰਨਾ ਹੁੰਦਾ। ਫੰਕਸ਼ਨ ਆਫ ਅਰਾਈਵਲ, ਹੁਣ ਅਰਾਈਵਲ ਸਟੇਟ ਦੇ ਵਿੱਚ ਕੀ ਹੁੰਦਾ, ਪ੍ਰੀ ਅਰਾਈਵਲ ਸਟੇਜ ਦੇ ਵਿੱਚ ਕੋਲ ਆਉਂਦੀ ਆ, ਠੀਕ ਹੈ, ਫਿਰ ਉਹ ਰਿਜ਼ਰਵੇਸ਼ਨ ਕਰਦਾ ਆ, ਰੂਮ ਚੈੱਕ ਕਰਦਾ ਆ, ਖਾਲੀ ਹੋਏ ਤਾਂ ਰਿਜ਼ਰਵੇਸ਼ਨ ਕਰਕੇ ਰੱਖ ਲੈਂਦਾ ਆ। ਹੁਣ ਅਰਾਈਵਲ ਵਿੱਚ ਗੈਸਟ ਨੂੰ ਕੀ ਕੀਤਾ ਜਾਂਦਾ, ਹੁਣ ਜਦੋਂ ਗੈਸਟ ਆ ਰਿਹਾ ਆਰਤੀ ਟਿੱਕਾ ਕੀਤਾ ਜਾਂਦਾ ਆ, ਡਰਿੰਕ ਦਿੱਤੀ ਜਾਂਦੀ, ਵੈਲਕਮ ਰਜਿਸਟ੍ਰੇਸ਼ਨ ਆਫ ਗੈਸਟ ਕੀਤੀ ਜਾਂਦੀ। ਤੁਹਾਨੂੰ ਦੱਸਿਆ ਸੀਗਾ ਕਿ ਰਿਜ਼ਰਵੇਸ਼ਨ ਹੋ ਚੁੱਕੀ ਆ, ਸਾਈਨ ਕਰਵਾਏ ਜਾਂਦੇ ਆ, ਗੈਸਟ ਦਾ ਅਕਾਊਂਟ ਬਣਾਇਆ ਜਾਂਦਾ ਆ, ਜੋ ਉਹਨੇ ਖਾਣਾ ਹੁੰਦਾ ਆ ਰੂਮ ਦੇ ਵਿੱਚ ਰਹਿਣਾ ਰੂਮ ਦਾ ਅਕਾਊਂਟ ਬਣਾਇਆ ਜਾਂਦਾ ਆ, ਪੇਮੈਂਟ ਐਡਵਾਂਸ ਲਈ ਜਾਂਦੀ ਆ, ਮੋਡ ਆਫ ਪੇਮੈਂਟ ਕੈਸ਼ ਕ੍ਰੈਡਿਟ ਕੋਈ ਵੀ ਹੋ ਸਕਦਾ ਆ, ਰੂਮ ਨੂੰ ਐਲੋਕੇਟ ਕੀਤਾ ਜਾਂਦਾ ਆ, ਉਹਨੂੰ ਕੀ ਦੇ ਦਿੱਤੀ ਜਾਂਦੀ ਆ, ਅਤੇ ਲਗਜ ਹੈਂਡਲਿੰਗ ਵੈਲ ਡੈਸਕ ਵੱਲੋਂ ਕਰ ਦਿੱਤੀ ਜਾਂਦੀ, ਮਤਲਬ ਰੂਮ ਉਹਦੇ ਰੂਮ ਦੇ ਵਿੱਚ ਸਮਾਨ ਉਹਦਾ ਪਹੁੰਚਾ ਦਿੱਤਾ ਜਾਂਦਾ। ਸਟੇ ਐਕਟੀਵਿਟੀਜ਼ ਦੇ ਵਿੱਚ ਕੀ ਹੁੰਦਾ ਆ, ਤੀਜੇ ਨੰਬਰ 'ਤੇ ਉਹਦੇ ਵਿੱਚ ਗੈਸਟ ਦੀ ਕੋਈ ਵੀ ਕੁਇਰੀਜ਼ ਨੂੰ ਹੈਂਡਲ ਕੀਤਾ ਜਾਂਦਾ, ਉਹਨੂੰ ਕੋਈ ਚੀਜ਼ ਪੁੱਛਣੀ ਆ, ਹੋਟਲ ਦੀਆਂ ਫੈਸਿਲਿਟੀਜ਼ ਬਾਰੇ ਉਹਨੂੰ ਦੱਸਿਆ ਜਾਂਦਾ ਆ, ਸਿਟੀ ਬਾਰੇ ਦੱਸਿਆ ਜਾਂਦਾ ਆ, ਗੈਸਟ ਦਾ ਅਕਾਊਂਟ ਹੈਂਡਲ ਕਰਦੇ ਰਹਿੰਦੇ ਅਤੇ ਅਪਡੇਟ ਹੁੰਦੀ ਰਹਿੰਦੀ ਹੈ ਕੈਸ਼ੀਅਰ ਵੱਲੋਂ, ਗੈਸਟ ਦੇ ਮੈਸੇਜ ਰਿਸੀਵ ਕੀਤੇ ਜਾਂਦੇ ਅਤੇ ਡਿਲੀਵਰ ਕੀਤੇ ਜਾਂਦੇ ਨੇ, ਕੀਜ਼ ਹੈਂਡਲ ਕੀਤੀਆਂ ਜਾਂਦੀਆਂ ਅਗਰ ਗੈਸਟ ਬਾਹਰ ਜਾ ਰਿਹਾ ਉਹਦੀਆਂ ਕੀ ਜਿਹੜੀਆਂ ਫਰੰਟ ਆਫਿਸ 'ਤੇ ਰਹਿੰਦੀਆਂ ਆ, ਗੈਸਟ ਦੀ ਪੇਜਿੰਗ ਕੀਤੀ ਜਾਂਦੀ ਅਗਰ ਗੈਸਟ ਨੂੰ ਕੋਈ ਮਿਲਣ ਆਉਂਦਾ ਆ, ਠੀਕ ਹੈ, ਉਹਦਾ ਸੇਫਟੀ ਡਿਪੋਜ਼ਿਟ ਲੋਕਰ ਜਿਹੜਾ ਉਹ ਇਸ਼ੂ ਕੀਤਾ ਜਾਂਦਾ ਅਤੇ ਉਸ ਨੂੰ ਹੈਂਡਲ ਕੀਤਾ ਜਾਂਦਾ ਆ, ਠੀਕ ਹੈ, ਕਿ ਉਹਦਾ ਜਿਹੜਾ ਜ਼ਰੂਰੀ ਸਮਾਨ ਹੈ ਉਹਦੇ ਵਿੱਚ ਹੁੰਦਾ ਸੇਫਟੀ ਡਿਪੋਜ਼ਿਟ ਲੋਕਰ ਦੇ ਵਿੱਚ। ਡਿਪਾਰਚਰ ਐਂਡ ਪੋਸਟ ਡਿਪਾਰਚਰ ਕੀ ਹੁੰਦਾ ਆ, ਸੋ ਹੁਣ ਗੈਸਟ ਜਾ ਰਿਹਾ ਆ, ਸਭ ਤੋਂ ਪਹਿਲਾਂ ਗੈਸਟ ਦੀ ਬਿੱਲ ਸੈਟਲਮੈਂਟ ਹੁੰਦੀ ਆ, ਠੀਕ ਹੈ, ਗੈਸਟ ਨੇ ਜਿਹੜਾ ਲਾਸਟ ਵਿੱਚ ਪੇਮੈਂਟ ਬਚੀ ਆ ਉਹ ਕੈਸ਼ ਜਾਂ ਕ੍ਰੈਡਿਟ ਵੱਲੋਂ ਗੈਸਟ ਵੱਲੋਂ ਕਾਰਡ ਜਾਂ ਕੈਸ਼ ਵੱਲੋਂ ਸੈਟਲ ਕੀਤਾ ਜਾਂਦਾ ਆ। ਜਿਹੜਾ ਲਗੇਜ ਆ ਉਹ ਬੈੱਲ ਬੁਆਏ ਰੂਮ ਤੋਂ ਲੋਬੀ ਦੇ ਵਿੱਚ ਲੈ ਕੇ ਆਉਂਦਾ ਆ, ਸੋ ਲੈਫਟ ਲਗੇਜ ਹੈਂਡਲਿੰਗ, ਅਗਰ ਗੈਸਟ ਕਹਿੰਦਾ ਕਿ ਮੈਂ ਬਾਹਰ ਕਿਤੇ ਜਾਣਾ ਲਗੇਜ ਬਾਅਦ 'ਚੋਂ ਲੈ ਕੇ ਜਾਣਾ ਆ, ਅਤੇ ਉਹਨੂੰ 8 ਵਜੇ ਤੱਕ ਦਾ ਟਾਈਮ ਦਿੱਤਾ ਜਾਂਦਾ ਕਿ ਉਹ ਲਗੇਜ ਈਵਨਿੰਗ ਟਾਈਮ ਤੱਕ ਲੈ ਕੇ ਜਾਵੇ। ਗੈਸਟ ਦਾ ਫੀਡਬੈਕ ਲਿਆ ਜਾਂਦਾ, ਕਮੈਂਟ ਕਾਰਡ ਭਰਾਇਆ ਜਾਂਦਾ ਆ, ਸੇਲਜ਼ ਐਂਡ ਮਾਰਕੀਟਿੰਗ ਲਈ ਇਹ ਕਮੈਂਟ ਗੈਸਟ ਦਾ ਫੀਡਬੈਕ ਲਿਆ ਜਾਂਦਾ ਆ ਅਤੇ ਉਹਦਾ ਨੰਬਰ ਵਗੈਰਾ ਸੇਵ ਕੀਤਾ ਜਾਂਦਾ ਆ, ਠੀਕ ਹੈ। ਵਾਰਮ ਫਾਇਰਵੈਲ ਟੂ ਗੈਸਟ, ਗੈਸਟ ਨੂੰ ਵਾਰਮਿੰਗ ਫੇਅਰਵੈਲ ਦਿੱਤਾ ਜਾਂਦਾ ਆ।
ਪੋਸਟ ਡਿਪਾਰਚਰ ਦੇ ਵਿੱਚ। ਕਹਿਣ ਦਾ ਭਾਵ ਇਹ ਆ ਕਿ ਗੈਸਟ ਨੂੰ ਬਾਹਰ ਵਿੱਚ ਸੇਲਜ਼ ਐਂਡ ਮਾਰਕੀਟਿੰਗ ਟੀਮ ਜਿਹੜੀ ਹੁੰਦੀ ਆ, ਬਾਹਰ ਕੋਈ ਆਫਰ ਵਗੈਰਾ ਆਵੇ ਤਾਂ ਗੈਸਟ ਨੂੰ ਮੈਸੇਜ ਕਰਦੀ ਆ ਉਹਦੇ ਫੋਨ ਦੇ ਉੱਤੇ ਕਿ ਅੱਜ 50% ਡਿਸਕਾਊਂਟ ਚੱਲ ਰਿਹਾ ਰੂਮਸ ਤੇ, ਇੱਦਾਂ ਸਟੇ ਕਰੋ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਗੈਸਟ ਨੇ ਦੁਬਾਰਾ ਵੀ ਆਉਣਾ ਹੀ ਆਉਣਾ ਹੁੰਦਾ ਆ। ਸੋ ਸੇਲਜ਼ ਐਂਡ ਮਾਰਕੀਟਿੰਗ ਕੀਤੀ ਜਾਂਦੀ ਆ। ਇਹ ਸੀਗੀਆਂ ਸਟੇਜਸ ਆਫ ਗੈਸਟ।